ਲੋ ਸੁਣੋ ਮੇਰਾ ਅੱਜ ਦਾ ਦਿਨ। ਪਹਿਲਾਂ ਮੈਂ ਹਰ ਰੋਜ਼ ਦੀ ਤਰ੍ਹਾਂ ਸਵੇਰੇ 3:30 ਵਜੇ ਨਹੀਂ ਉੱਠਿਆ, ਸਗੋਂ ਅੱਜ ਮੈਂ ਥੋੜ੍ਹਾ ਲੇਟ ਹੋ ਕੇ 5:30 ਵਜੇ ਉੱਠਿਆ। ਫਿਰ ਮੈਂ ਮੂੰਹ ਹੱਥ ਧੋ ਕੇ ਗਰਾਊਂਡ ਵਿੱਚ ਆ ਗਿਆ। ਫਿਰ ਸਾਡੇ ਸਰ ਨੇ ਸਾਨੂੰ ਪੜ੍ਹਾਈ ਕਰਨ ਲਈ ਕਿਹਾ, ਸਾਡੇ ਮੂੰਹ ਉੱਤੇ ਖਾਮੋਸ਼ੀ ਛਾ ਗਈ। ਅਫਸੋਸ, ਸਾਡੀ ਖਾਮੋਸ਼ੀ ਦਾ ਕੋਈ ਫਾਇਦਾ ਨਹੀਂ, ਪੜ੍ਹਨਾ ਤਾਂ ਪੈਣਾ ਹੀ। ਇਸ ਫਿਰ ਅਸੀਂ ਆਪਣੀ ਕਲਾਸ ਵਿੱਚ ਪੂਰੇ ਛੇ ਪੀਰੀਅਡ ਅਟੈਂਡ ਕੀਤੇ। ਮੈਂ ਪੂਰੇ 6 ਪੀਰੀਅਡ ਲਗਾਤਾਰ ਪੜ੍ਹਾਈ ਨਹੀਂ ਕੀਤੀ। ਫਿਰ ਮੈਂ 5ਵੇਂ ਪੀਰੀਅਡ ਕਿਤੇ ਹੀ ਫਿਰ ਮੈਂ 5ਵੇਂ ਪੀਰੀਅਡ ਬਾਹਰ ਆ ਗਿਆ। ਬਾਹਰ ਆ ਕੇ ਜੋ ਮੈਂ ਕੀਤਾ ਉਹ ਤੁਹਾਨੂੰ ਮੈਂ ਦੱਸਣ ਲੱਗਾ ਹਾਂ। ਨਹੀਂ ਸਰ, ਮੈਂ 5ਵੇਂ ਪੀਰੀਅਡ ਅਵਨੀਤ ਮੈਮ ਨੂੰ ਮੈਂ ਪੁੱਛਿਆ ਕਿ ਮੈਡਮ ਮੈਂ ਕਲਾਸ ਤੋਂ ਬਾਹਰ ਆ ਜਾਵਾਂ। ਮੈਡਮ ਕਹਿੰਦੇ ਜਾਓ, ਜਿੱਥੇ ਜਾਣਾ ਜਾਓ, ਲੇਕਿਨ ਆਪਣੀ ਰਿਸਪੋਂਸੀਬਿਲਿਟੀ 'ਤੇ। ਫਿਰ ਮੈਡਮ ਕਹਿੰਦੇ ਕਲਾਸ 'ਤੇ ਬਾਹਰ ਬਹਿ ਜਾ। ਮੈਂ ਇੱਦਾਂ ਨਹੀਂ ਕੀਤਾ, ਮੈਂ ਹੌਲੀ ਹੌਲੀ ਆਪਣਾ ਸਟੂਲ ਪਾਓ ਸਰ ਦੇ ਦਫ਼ਤਰ ਤੱਕ ਲੈ ਆਇਆ। ਫਿਰ ਹੌਲੀ ਹੌਲੀ ਮੈਂ ਥੋੜ੍ਹੀ ਹੋਰ ਹਿੰਮਤ ਮਾਰ ਕੇ ਸਟੇਜ ਤੱਕ ਆ ਗਿਆ। ਸਟੇਜ ਤੱਕ ਆ ਕੇ ਮੈਨੂੰ ਬਹੁਤ ਡਰ ਲੱਗਾ ਕਿ ਅਵਨੀਤ ਮੈਡਮ ਮੇਰਾ ਪਿੱਛਾ ਨਾ ਕਰਦੇ ਹੋਣ। ਫਿਰ ਮੈਂ ਸਟੇਜ 'ਤੇ ਬਹਿ ਕੇ ਪਹਿਲਾਂ 3 ਕੱਪ ਚਾਹ ਦੇ ਪੀਤੇ। ਫਿਰ ਮੈਂ ਗਲਤੀ ਨਾਲ ਕਿਤੇ ਰੂਪਮੂਨਾ ਨੂੰ ਸੁਲਾ ਮਾਰ ਬੈਠਾ। ਫਿਰ ਮੈਂ ਆਕਾਸ਼, ਰੂਪਮ, ਦਮਨ, ਅਨਮੋਲਿਕ ਨੂੰ ਕਿਤੇ ਗਲਤੀ ਨਾਲ ਸੁਲਾ ਮਾਰ ਬੈਠਾ। ਮੈਂ ਕਿਹਾ, ਦੀਦੀ ਭਾਜੀ ਕਿਸੇ ਨੇ ਚਾਹ ਪੀਣੀ? ਇਹਨਾਂ ਕਾ ਜਵਾਬ ਸੀ ਹਾਂ। ਮੇਰਾ ਦਿਲ ਟੁੱਟ ਗਿਆ। ਫਿਰ ਮੈਂ ਸਿਕਿਉਰਿਟੀ ਗਾਰਡ ਅੰਕਲ ਕੋਲ 4 ਕੱਪ ਕਾ ਚਾਹ ਦੇ ਲੈ ਗਿਆ। ਕਾ ਕਹਿਣ ਗਾਈ। ਫਿਰ ਮੈਂ ਸਿਕਿਉਰਿਟੀ ਅੰਕਲ ਕੋਲ 4 ਕੱਪ ਚਾਹ ਦੇ ਲੈਣ ਗਿਆ। ਗਲਤੀ ਨਾਲ 5 ਆ ਗਏ। ਮੈਨੂੰ ਬਹੁਤ ਖੁਸ਼ੀ ਹੋਈ। ਬਾਅਦ ਵਿੱਚ ਅਸੀਂ ਆਪਣੀ ਪੜ੍ਹਾਈ ਲਗਾਤਾਰ 3 PM ਤੱਕ ਕੀਤੀ। ਇਹ ਸੱਚ ਹੈ। ਫਿਰ ਮੈਂ ਸਰ ਨੂੰ ਪੁੱਛਿਆ, ਸਰ ਮੈਂ ਆਪਣੇ ਘਰ ਚਲਾ ਜਾਵਾਂ? ਸਰ ਨੇ ਪੁੱਛਿਆ ਕਿਉਂ? ਮੈਂ ਕਿਹਾ, ਸਰ ਮੇਰਾ ਬੈਗ ਅਤੇ ਬਰਤਨ ਘਰ ਰਹਿ ਗਏ ਹਨ, ਜੇ ਤੁਸੀਂ ਹੁਕਮ ਦਿਓ ਤਾਂ ਮੈਂ ਜਾ ਸਕਦਾ ਹਾਂ ਸਰ। ਸਰ ਨੇ ਕਿਹਾ, 5:30 ਵਜੇ ਤੱਕ ਤੂੰ ਸਾਡੇ ਸਕੂਲ ਹੋਵੇਗਾ, ਜਾ ਜਾ ਆਪਣੀ ਜ਼ਿੰਦਗੀ ਜੀ ਲੈ। ਸਰ ਨੇ ਮੈਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ। ਮੈਂ ਅਨਮੋਲਿਕ ਭਾਜੀ ਦਾ ਸਾਈਕਲ ਲੈ ਕੇ ਪਿੰਡ ਵੱਲ ਰਵਾਨਾ ਹੋ ਗਿਆ।